ਗੁੱਗੂ ਬਨੇਰਾ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਮੇਸ਼ੀ ਹਰਖੋ ਵਾਲੀ ਹੈ, ਕਦੇ ਰੁਬੀ ਹਰਖੋ ਵਾਲੀ ਦੇ ਚਰਚੇ ਹੁੰਦੇ ਆ, ਸਭੇ ਥਾਰੇ ਹੁਣਾਂ ਦੀਆਂ ਗੱਲਾਂ ਹੁੰਦੀਆਂ ਮੈਦਾਨਾਂ ਵਿੱਚ। ਆਓ ਸਾਹਮਣੇ ਵੇਖਦਾ ਵੀ ਔਰ ਕਸਾ ਹੈ, ਸਿਕੰਦਰਪੁਰੀ ਹੈ, ਇਹਦੇ ਵੀਰ ਹੋਣੀ ਮਹਿੰਦਰਪਾਲ ਹੋਣੀ ਪੁੱਜੇ ਹੋਏ ਹੈ। ਮਹਿੰਦਰਪਾਲ ਕਹਿੰਦਾ ਹੈ ਵੀ ਆਪਾਂ ਜੱਸੇ ਦੇ ਹਰ ਜੱਫੇ ਤੇ $50 ਦੇ ਮਾਣ ਸਨਮਾਨ ਕਰ ਰਹੇ ਹੈ, ਔਰ ਜੱਸੇ ਦਾ ਨਾਮ ਵੱਡਾ ਹੈ। ਔਰ ਕਦੇ ਜੱਸੇ ਸਿੱਧਵੇਂ ਦੋਨਾਂ ਵਾਲੇ ਦੀਆਂ ਗੱਲਾਂ ਹੈ, ਪਰ ਆਹ ਮੁੰਡੇ ਨੂੰ 20 ਸਾਲ ਦਾ ਤਜਰਬਾ ਹੈ ਕਬੱਡੀ ਦਾ। ਇਹ ਹੈ ਸੋਨੀ ਕੌਂਕਿਆਂ ਵਾਲਾ, ਹਰਜੀਤ ਗੋਲਡ ਕਬੱਡੀ ਕੱਪ ਹੁੰਦਾ ਹੈ ਤੇ 2006 ਦਾ ਉਸ ਕੱਪ ਦਾ ਬੈਸਟ ਆ ਇਹ ਨੌਜਵਾਨ। ਲਓ ਸਾਹਮਣੇ ਵੇਖਦਾ ਵੀ ਸੋਨੀ ਕੌਂਕਿਆਂ ਵਾਲਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਰਿਹਾ। ਮਾਮਲਾ ਗਰਮ ਹੈ, ਹੁਣ ਸਵਾਦ ਵੀ ਆਉਣਾ ਜਦੋਂ ਥੋੜਾ ਬਹੁਤਾ ਜਾਂ ਰੌਲਾ ਜਿਹਾ ਪੈ ਜਾਏ ਤੇ ਫਿਰ ਗਰਾਰੀ ਅੜ ਜਾਂਦੀ ਹੈ। ਪੁਆਇੰਟ ਰੇਡਰ ਦਾ ਆ ਜੋ ਰੇਡ ਪੈ ਕੇ ਗਈ ਹੈ, ਦੂਜਾ ਸੈਮੀ ਫਾਈਨਲ ਮੈਚ। ਅਜੇ ਚੌਧਰੀ ਹੁਣਾਂ ਦੀ ਟੀਮ ਹੈ, ਬਿੰਦੂ ਚੌਧਰੀ ਹੁਣਾਂ ਦੀ ਟੀਮ ਹੈ, ਨਾਲ ਕਹਿੰਦੇ ਗੁਰਪ੍ਰੀਤ ਸ਼ੋਕਰ ਹੁਣੀ, ਜੱਸਾ ਮਹੇਰਨੇ ਵਾਲਾ, ਜੋਧਾ ਚੱਬੇ ਵਾਲੀ ਆ। 25 ਜਨਵਰੀ ਆ ਸਹਾਰਨ ਮਾਜਰੇ ਦੇ ਕਬੱਡੀ ਕੱਪ ਦੀ, ਪਿੰਦਰੀ ਸਰਪੰਚ ਹੁਣੀ ਸੱਦਾ ਦੇ ਰਹੇ ਆ, ਬਿੰਦੂ ਹੁਣੀ ਸੱਦਾ ਦੇ ਰਹੇ ਆ। 25 ਜਨਵਰੀ ਸਹਾਰਨ ਮਾਜਰੇ ਦਾ ਕਬੱਡੀ ਕੱਪ ਤੇ 17 ਫਰਵਰੀ ਨਵੇਂ ਸ਼ਹਿਰ ਦਾ ਕੱਪ, ਬਿੰਦੂ ਹੁਣਾਂ ਦਾ ਮੇਲਾ, ਹਰਦੀਪ ਹੁਣਾਂ ਦਾ ਮੇਲਾ। ਕਿਧਰੇ ਭੱਜਦੀਆਂ ਬੈਲ ਗੱਡੀਆਂ, ਉਹ ਕਿਧਰੇ ਪੈਂਦੀਆਂ ਕਬੱਡੀਆਂ, ਉਹ ਜੋਤੇ ਦੀ ਕਬੱਡੀ ਆ, ਮਹਿਮਦ ਵਾਲੀ ਆ ਜੋਤਾ, ਦੁਨੀਆ ਟਿਕੀ ਬੈਠੀ ਆ। ਕਬੱਡੀ ਜੰਕਸ਼ਨ ਤੇ ਵੀ ਦੁਨੀਆ ਟਿਕੀ ਬੈਠੀ ਹੈ, ਉਹ ਘਰਾਂ 'ਚ ਟਿਕੀ ਬੈਠੀ ਹੈ। ਮਹਿਮਦ ਵਾਲੀ ਆ ਜੋਤਾ 1 ਲੱਖਾਂ ਜਾਂ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ। ਲਓ ਬਸੰਤ ਸਿੰਘ ਕਰ ਗੱਲ, ਗੁੱਗੂ ਆ ਗਿਆ, ਗੁੱਗੂ ਬਲੇਰਾ ਵਾਲਾ ਕਬੱਡੀ ਪਾ ਰਿਹਾ ਹੈ ਕਿ ਮਿੱਤਰਾ ਤੈਨੂੰ ਗੱਲ ਸਮਝਾਵਾਂ, ਨਾਲੇ ਨਾਂ ਤੇ ਨਾਲੇ ਨਾਮਾ, ਜਦ ਹੋਈ ਸਫਾਰੀ ਥੱਲੇ ਕਿ ਟਿਕਟ ਕਟਾਉਣੀ ਬੱਸਾਂ ਦੀ, ਹੁਣ ਤੂੰ ਡੰਡ ਬੈਠਕਾ ਲਾ ਲੈ, ਕੌਂਟੀ ਹੋ ਗਈ ਲੱਖਾਂ ਦੀ, ਔਰ ਲੱਖ ਲੱਖ ਦੀ ਰੇਡ ਮੈਦਾਨਾਂ ਵਿੱਚ ਪੈ ਰਹੀ ਹੈ। ਉੱਠੋਏ ਨਜਨ ਹਰਖੋ ਵਾਲੀ ਹੈ, ਟੋਨੀ ਕੋਸ਼ਿਸ਼ ਕਰ ਰਿਹਾ ਪਰ ਨੰਬਰ ਇਸ ਸਮੇਂ ਗੁੱਗੂ ਬਲੇਰਾ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਔਰ ਮੇਸ਼ੀ ਹਰਖੋ ਵਾਲੀ ਹੈ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਜੱਸਾ ਸੰਗਤਪੁਰੇ ਵਾਲਾ ਹੈ, ਨਾਲ ਮਨਦੀਪ ਹੈ, ਨਾਲ ਮੋਟਾ ਕੌਂਕਿਆਂ ਵਾਲਾ ਹੈ, ਹੁਣ ਵੇਖਣਾ ਵੀ ਮੋਟਾ ਕੌਂਕਿਆਂ ਵਾਲਾ ਹੈ, ਤੇ ਦੂਸਰੇ ਪਾਸੇ ਹਰਖੋ ਵਾਲੀ ਹੈ ਮੇਸ਼ੀ। ਆਓ ਵੱਜਦੇ ਤੱਫੇ, ਮੁਕਾਬਲਾ ਹੈ ਜੋਰਾਂ ਤੇ, ਖੇਡਦੇ ਕਬੱਡੀ ਮੁੰਡੇ ਪੱਟਾਂ ਦੇ ਆ ਜੋਰਾਂ ਤੇ, ਖੇਡਦੇ ਕਬੱਡੀ ਮੁੰਡੇ ਪੱਟਾਂ ਦੇ ਆ ਜੋਰਾਂ ਤੇ। ਔਰ ਸੱਜੇ ਪੜਦੇ ਤੀਜੀ ਚੌਥੀ ਥਾਪੀ, ਔਰ ਸੋਨੀ ਕੌਂਕਿਆਂ ਵਾਲੇ ਨੇ ਮਾਰ ਦਿੱਤੀ ਹੈ, ਔਰ ਟੰਗ ਕਛਾਤਾ ਮੋਟਿਆਂ ਪੱਟਾਂ ਦੇ ਦਰਸ਼ਨ ਕਰਵਾ ਦਿੱਤੇ ਹੈ। ਹੁਣ ਵੇਖਦਾ ਵੀ ਜੱਸਾ ਹੈ, ਇੱਕ ਪਾਸੇ ਖੈਰੇ ਦੋਨੇ ਵਾਲਾ ਹੈ, ਅੰਬੂ ਘੱਲਾ ਵਾਲਾ ਹੈ, ਔਰ ਕੌਂਕਿਆਂ ਵਾਲਾ ਹੈ, ਔਰ ਕੌਂਕਿਆਂ ਵਾਲਾ ਤੇ ਦੂਸਰੇ ਪਾਸੇ ਅੰਬੂ ਘੱਲਾ ਵਾਲਾ, ਘੱਲਾ ਵਾਲਾ, ਘੱਲਾ ਵਾਲਾ ਹੈ। ਔਰ ਨੰਬਰ ਸੋਨੀ ਦਾ ਹੈ, ਨੰਬਰ ਸੋਨੀ ਦਾ, ਮੋਟਾ ਕੌਂਕਿਆਂ ਵਾਲਾ ਜਿੰਨੇ ਵੀ ਜੱਫੇ ਲਾਵੇਗਾ $50 ਨਵੀਂ ਗਰੇਵਾਲ ਵਾਲੀਓ। ਸੋਨੀ ਨੂੰ ਕਹਿੰਦੇ ਹਾਲੇ ਤੱਕ ਉਹਦਾ ਤਜਰਬਾ ਹੀ ਪੁਆਇੰਟ ਦਵਾਈ ਜਾਂਦਾ, ਸੋਨੀ ਨੂੰ ਕਹਿੰਦੇ ਉਹਦਾ ਤਜਰਬਾ ਹੀ ਚੱਕੀ ਫਿਰਦਾ, ਪਰ ਉੱਧਰ ਤੇ ਜੋਤਾ ਵੀ ਧੱਕੀ ਫਿਰਦਾ। ਲਓ ਜੋਤੇ ਦਾ ਧੱਕਾ ਚੱਲਦਾ ਕਬੱਡੀ ਦੇ ਵਿੱਚ, ਮਨਦੀਪ ਤੇ ਅੜੇ ਗੱਡੇ ਕੱਢਦਾ ਪਰ ਕੈਂਚੀ ਫਸੀ ਨੀ, ਜੇ ਕੈਂਚੀ ਲੱਗ ਜਾਂਦੀ ਤੇ ਹੱਥ ਖੋਚਾ ਤੇ ਪੈ ਜਾਂਦਾ।